ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਦੀਪ ਦੂਆ। ਸੋ PBN ਦੇ ਇੰਟਰਟੇਨਮੈਂਟ ਦੇ ਕਹਿਣ 'ਚੋਂ ਵਿਦੇਸ਼ ਅਤੇ ਵਿਦੇਸ਼ ਦੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਵੀ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਤਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ ਹਾਈਲਾਈਟਸ। ਵਾਹ ਜੀ ਵਾਹ। ਸੋ ਦੋਸਤੋ, ਦੇਖਿਆ ਛੋਟੇ ਛੋਟੇ ਬੱਚਿਆਂ ਨੇ ਕਿੰਨਾ ਵਧੀਆ ਡਾਂਸ ਕੀਤਾ। ਸੋ ਹੁਣ ਵਿਹਲਾ ਚੱਲਿਆ ਪ੍ਰੋਗਰਾਮ ਨੂੰ ਅੱਗੇ ਵਧਾਉਣ ਦਾ। ਇਸ ਮੌਕੇ 'ਤੇ ਅਸੀਂ ਖਾਸ ਗੱਲਬਾਤ ਕੀਤੀ ਲਕਸ਼ਮੀ ਲੇਡੀਜ਼ ਕਲੱਬ ਦੇ ਮੈਂਬਰਸ ਨਾਲ। ਵੇਖਦੇ ਨੇ ਸਾਰਿਆਂ ਦਾ ਚਿਲਡਰਨ ਡੇ ਬਾਰੇ ਕੀ ਕਹਿਣਾ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਫਾਈਨਲੀ ਦਸੰਬਰ ਆ ਗਿਆ, ਬੱਚੇ ਕ੍ਰਿਸਮਸ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾ ਰਿਹਾ ਸਾਰੇ, ਅਤੇ ਲਕਸ਼ਮੀ ਲੇਡੀਜ਼ ਕਲੱਬ ਕਿੱਦਾਂ ਸੈਲੀਬ੍ਰੇਟ ਕਰ ਰਹੇ ਹਾਂ? ਅਸੀਂ ਅੱਜ ਚਿਲਡਰਨਸ ਡੇ ਸੈਲੀਬ੍ਰੇਟ ਕਰ ਰਹੇ ਹਾਂ ਆਪਣੇ ਕਲੱਬ ਦੇ ਵਿੱਚ ਫੁੱਲ ਪੌਂਪ ਐਂਡ ਸ਼ੋਅ ਦੇ ਨਾਲ। ਤੁਸੀਂ ਦੇਖ ਹੀ ਰਹੇ ਹੋ ਕਿ ਡੈਕੋਰੇਸ਼ਨ ਦੇਖਣੇ ਵਾਲੀ ਹੈ, ਔਰ ਇਹਦੇ ਵਿੱਚ ਸਾਡੇ ਕਮੋਨ ਸਕੂਲ ਨੇ, ਫਨ ਸਕੂਲ ਔਰ ਡਾਂਸ ਐਂਡ ਫਿਟਨੈਸ ਸਪ੍ਰਿੰਗਡੇਲ ਸਕੂਲ, ਚਾਰ ਸਕੂਲਾਂ ਨੇ ਮਿਲ ਕੇ ਹਿੱਸਾ ਲਿੱਤਾ, ਜਿਹਦੇ ਵਿੱਚ ਛੋਟੇ ਛੋਟੇ ਟੋਡਲਰ ਸਾਡੇ ਬੱਚੇ ਜਿਨ੍ਹਾਂ ਨੇ ਬਹੁਤ ਅੱਛੀਆਂ ਸਟੇਜ 'ਤੇ ਪਰਫੋਰਮੈਂਸਿਸ ਦਿੱਤੀਆਂ, ਔਰ ਸਾਡੇ ਆਡੀਅੰਸ ਨੇ ਬਹੁਤ ਐਪਰੀਸ਼ੀਏਟ ਐਂਡ ਐਡਮਾਇਰ ਕੀਤਾ ਉਹਨਾਂ ਦੀਆਂ ਪਰਫੋਰਮੈਂਸਿਸ ਨੂੰ। ਬਹੁਤ ਸਾਰੇ ਕੁਇਜ਼ ਵੀ ਕੁਐਸਚਨ ਆਨਸਰ ਰਾਊਂਡ ਕੀਤੇ ਗਏ ਹੈ, ਔਰ ਬੱਚੇ ਬਹੁਤ ਇੰਜੋਏ ਕਰ ਰਹੇ ਹੈ। ਫੰਕਸ਼ਨ ਸਾਡਾ ਅਸੀਂ ਦਿਲ ਤੋਂ ਕੀਤਾ, ਬੱਚਿਆਂ ਨੇ ਦਿਲ ਤੋਂ ਪਰਫੋਰਮੈਂਸ ਕੀਤੀ, ਅਸੀਂ ਬਹੁਤ ਖੁਸ਼ ਹੈ, ਲੋਕ ਬਹੁਤ ਖੁਸ਼ ਨੇ। ਅੱਜ ਦਾ ਇਵੈਂਟ ਥਾ ਚਿਲਡਰਨਸ ਡੇ ਪੇ, ਔਰ ਅੱਜ ਬੱਚੋਂ ਨੇ ਪਾਰਟੀਸਪੇਟ ਕੀਆ, ਬਹੁਤ ਅੱਛੇ ਲੱਗ ਰਹੇ ਥੇ ਬੱਚੇ, ਹਮਨੇ ਬਹੁਤ ਇੰਜੋਏ ਕੀਆ ਉਨਕਾ ਇਵੈਂਟ, ਯੇ ਫੰਕਸ਼ਨ ਦੇਖ ਕੇ ਬਹੁਤ ਮਜ਼ਾ ਆਇਆ। ਬਹੁਤ ਅੱਛਾ ਲੱਗਿਆ ਜੀ, ਅੱਜ ਬੱਚਿਆਂ ਨੇ ਬਹੁਤ ਅੱਛਾ ਪ੍ਰੋਗਰਾਮ ਪੇਸ਼ ਕੀਤਾ, ਅਤੇ ਬੱਚੇ ਇੰਨੇ ਬਿਊਟੀਫੁੱਲ ਔਰ ਇੰਨੇ ਲੱਗ ਰਹੇ, ਔਰ ਪ੍ਰੋਗਰਾਮ ਸਾਡੇ ਮੈਡਮ ਰਮਾ ਪੂਜਾ ਜੀ ਔਰ ਨੀਰੂ ਜੀ ਨੇ ਬੜਾ ਅੱਛਾ ਪ੍ਰੋਗਰਾਮ ਕਰਾਇਆ, ਅਤੇ ਵੀ ਇੰਜੋਏਡ ਇਟ ਆਲ, ਥੈਂਕ ਯੂ। ਸੋ ਦੋਸਤੋ, ਅਸੀਂ ਆਸ ਕਰਦੇ ਕਿ ਤੁਹਾਨੂੰ ਸਾਡਾ ਇਹਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਹੋਣਾ। ਆਪਣੇ ਸ਼ਹਿਰ ਦੀ ਸਫਾਈ ਰੱਖੋ, ਆਪਣੇ ਮਾਤਾ ਪਿਤਾ ਧਿਆਨ ਰੱਖੋ, ਮੇਰੇ ਛੋਟੇ ਭੈਣ ਭਰਾ ਦਾ ਹੀ ਪੜ੍ਹਦੇ ਲਿਖਦੇ ਰਹਿਣ, ਕਿਉਂਕਿ ਪੜ੍ਹੇਗਾ ਇੰਡੀਆ ਤੋਂ ਅੱਗੇ ਪੜ੍ਹੇਗਾ ਇੰਡੀਆ। ਸੋ ਕੈਮਰਾ ਪਰਸਨ ਬੀ ਮਨਜੀਤ ਦੇ ਨਾਲ ਹਰਦੀਪ ਦੂਆ ਨੂੰ ਦਿਓ ਇਜਾਜ਼ਤ। ਧੰਨਵਾਦ।